ਸਤਿ ਸ਼੍ਰੀ ਅਕਾਲ ਦੋਸਤੋ, ਆਹ ਗੱਡੀ ਆਲਟੋ 800 ਆਪਣੇ ਕੋਲ ਆ ਗਈ ਸੀਗੀ। ਪੱਖਾ ਨਾ ਚੱਲਣ ਕਾਰਨ ਇਹ ਗੱਡੀ ਗਰਮ ਹੋ ਗਈ ਅਤੇ ਹੈੱਡ ਗੈਸਕਟ ਮਚਾ ਗਈ ਅਤੇ ਪਾਣੀ ਰਲਾ ਗਈ ਮੋਗਲੈਲ ਦੇ ਵਿੱਚ। ਆਪਾਂ ਇਹਨੂੰ ਪੱਟ ਕੇ ਦੇਖਦੇ ਹਾਂ ਵੀ ਇਹਦੇ 'ਚ ਕੀ ਪ੍ਰੋਬਲਮ ਆ। ਇਹਦੇ ਵਾਸਤੇ ਆਪਾਂ ਨੂੰ ਆਹ ਪਾਈਪਾਂ ਵੀ ਲਾਉਣੀਆਂ ਪੈਣੀਆਂ, ਜਿਹੜੀ ਜਿਹੜੀ ਚੀਜ਼ ਹੈੱਡ ਦੇ ਨਾਲ ਉਹ ਆਪਾਂ ਨੂੰ ਖੋਲ੍ਹਣੀ ਪੈਣੀ ਆ। ਦੇਖਦੇ ਹਾਂ ਆਪਾਂ ਇਹਦੇ ਕਿੱਥੇ ਪ੍ਰੋਬਲਮ ਹੈਗੀ। ਆ ਜਾਓ, ਪਲੱਗ ਤਾਰਾਂ ਕੱਢਤੀਆਂ, ਕੱਪ ਆਪਾਂ ਨੂੰ ਇਹ ਲਾਉਣਾ ਪੈਣਾ। ਟੈਪਟ ਕਵਰ ਦਾ ਟਾਪਾ ਵੀ ਆਪਾਂ ਨੂੰ ਪੱਟਣਾ ਪੈਣਾ ਗਾ। ਇਹ ਆਦੇ ਇਹਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਪਿਆ ਹੈਗਾ ਟਾਪੇ ਦੇ ਵਿੱਚ। ਵਾਟਰ ਬਾਡੀ ਦੇ ਨਟ ਆਪਾਂ ਨੂੰ ਢਿੱਲੇ ਕਰਨੇ ਪੈਣੇ ਆ। ਅਲਟੀਨੇਟਰ ਵੀ ਆਪਾਂ ਨੂੰ ਖੋਲ੍ਹ ਕੇ ਪਿੱਛੇ ਹਟਾਉਣਾ ਪੈਣਾ ਹੈੱਡ। ਪੁਲੀ ਵਾਲਾ ਨਟ ਆਪਾਂ ਢਿੱਲਾ ਕਰਕੇ ਖੋਲ੍ਹਾਂਗੇ। ਇਹ ਪੁਲੀ ਵੀ ਆਪਾਂ ਨੂੰ ਬਾਹਰ ਕੱਢਣੀ ਪੈਣੀ ਆ ਅਤੇ ਪੁਲੀ ਬਾਹਰ ਆ ਗਈ। ਆ ਏਸੀ ਵਾਲਾ ਕੰਪਰੈਸਰ ਵੀ ਆਪਾਂ ਨੂੰ ਖੋਲ੍ਹ ਕੇ ਬਾਹਰ ਕੱਢਣਾ ਪੈਣਾ। ਇਹਦੀ ਗੈਸ ਦਾ ਸਰ ਜਾਂਦਾ ਹੁੰਦਾ, ਗੈਸ ਨਹੀਂ ਕੱਢੀ ਆਪਾਂ ਇਹਦੀ। ਏਸੀ ਦਾ ਪੈਰ ਆ ਗਿਆ, ਇਹ ਵੀ ਖੋਲ੍ਹਣਾ ਪੈਣਾ ਆਪਾਂ ਨੂੰ। ਆ ਇੰਜਣ ਦਾ ਪੈਰ ਆ ਗਿਆ, ਥੱਲੇ ਜਿੱਕ ਲਾ ਕੇ ਆਪਾਂ ਇਹ ਵੀ ਖੋਲ੍ਹਾਂਗੇ। ਇਸ ਤੋਂ ਬਾਅਦ ਆ ਟਾਈਮਿੰਗ ਵਾਲੇ ਟਾਪੇ ਦੇ 6 ਨਟ ਸੀ, ਇਹ ਵੀ ਆਪਾਂ ਖੋਲ੍ਹਤੇ ਅਤੇ ਇਹਦੀ ਬੈਲਟ ਆਪਾਂ ਬਾਹਰ ਕੱਢ ਲਾਂਗੇ। ਹੁਣ 17 ਨੰਬਰ ਦਾ ਨਟ ਖੋਲ੍ਹ ਕੇ ਆਹ ਥਣੇ ਪੁਲੀ ਸਾਰਾ ਕੁਛ ਬਾਹਰ ਆ ਜੂ। ਇਹ ਬੈਲਟ ਉੱਪਰਲੀਆਂ ਚਿੜੀਆਂ ਵੀ ਆਪਾਂ ਨੂੰ ਇਹ ਖੋਲ੍ਹਣੀਆਂ ਪੈਣੀਆਂ ਜੀ। ਖੁੱਲ੍ਹ ਗਈਆਂ ਇਹ ਵੀ। ਉਸ ਤੋਂ ਬਾਅਦ ਆ ਕੇਮ ਵੀ ਆਪਾਂ ਨੂੰ ਖੋਲ੍ਹਣੀ ਪੈਣੀ, 8 ਨੰਬਰ ਦੇ ਨਾਟ ਆ ਸਾਰੇ ਖੋਲ੍ਹ ਕੇ ਕੇਮ ਵੀ ਬਾਹਰ ਕੱਢਾਂਗੇ ਇਹਦੀ। ਇਹਦੇ ਥੱਲੇ ਹੁੰਦੇ 8 ਨਾਟ, ਉਹ ਖੋਲ੍ਹਾਂਗੇ। ਕੇਮ ਆ ਗਈ ਬਾਹਰ, ਹੈੱਡ ਵਾਲੇ ਨਟ ਥੱਲੇ ਹੁੰਦੇ ਆ ਇਹਦੇ, ਉਹ ਖੋਲ੍ਹਾਂਗੇ।
ਖੁੱਲ੍ਹ ਗਿਆ, ਹੈੱਡ ਪੱਟਿਆ ਗਿਆ। ਹੁਣ ਆਪਾਂ ਦੇਖਦੇ ਹਾਂ ਇਹਨੂੰ ਕੀ ਪ੍ਰੋਬਲਮ। ਆ ਹੈੱਡ ਗੈਸਕਟ ਆ, ਇਹ ਚੀਜ਼ ਮੱਚ ਜਾਂਦੀ ਹੁੰਦੀ ਹੈਗੀ। ਅਤੇ ਇੱਥੋਂ ਹੈੱਡ ਗਲ ਗਿਆ ਸੀਗਾ, ਇਹਦਾ ਆਪਾਂ ਨੂੰ ਫੇਸ ਲਹਾਉਣਾ ਪੈਣਾ। ਜੇ ਐਂ ਹੈੱਡ ਗੈਸਕਟ ਪਾਤਾ, ਇਹਨੇ ਦੁਬਾਰੇ ਫੇਰ ਪਾਣੀ ਰਲਾ ਜਾਣਾ ਗਾ। ਅਤੇ ਇੱਥੋਂ ਮੱਚ ਗਿਆ ਸੀਗਾ ਇਹ, ਪਾਣੀ ਬਹੁਤ ਜ਼ਿਆਦਾ ਰਲਿਆ ਗਈ ਮੁਗਲਾਇਲ 'ਚ, ਇਸ ਕਰਕੇ ਆਪਾਂ ਨੂੰ ਇਹਦੇ ਰਿੰਗ ਵੀ ਪਾਉਣੇ ਪੈਣਗੇ ਅਤੇ ਫੇਸ ਲਹਾ ਕੇ ਰਿੰਗ ਪਾ ਦਿਆਂਗੇ। ਇਹਦੇ ਚੈਂਬਰ ਖੋਲ੍ਹਣਾ ਪੈਣਾ ਆਪਾਂ ਨੂੰ, ਇਹਦੇ ਚੈਂਬਰ ਖੋਲ੍ਹ ਕੇ ਇਹਦੇ ਵਿੱਚੋਂ ਨਟ ਖੋਲ੍ਹਣੇ ਪੈਣੇ ਹੈਗੇ ਪੈਸਟਨ ਵਾਲੇ, ਪੈਸਟਨ ਬਾਹਰ ਕੱਢ ਲਾਂਗੇ। ਆ ਗਏ ਪੈਸਟਨ ਵੀ ਬਾਹਰ ਆ ਗਏ, ਇਹਦੇ ਰਿੰਗ ਵੀ ਪਾਵਾਂਗੇ ਆਪਾਂ। ਰਿੰਗ ਪਾ ਕੇ ਦੁਬਾਰੇ ਇਹਨੂੰ ਫਿੱਟ ਕਰਾਂਗੇ। ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੋਰ ਵੀਡੀਓ ਦੇਖਣ ਲਈ।